ਬਦਲਦੇ ਮੌਸਮ ਦੇ ਨਾਲ ਲਗਾਤਾਰ ਜਿਹੜੀ ਐਲਰਜੀਕ ਪ੍ਰੋਬਲਮ ਸਾਹਮਣੇ ਆ ਰਹੀ ਹੈ, ਜਿਸ ਨੂੰ ਲੈ ਕੇ ਕਈ ਜਿਹੜੇ ਮਰੀਜ਼ ਹੈ ਉਹ ਪੇਸ਼ੈਂਟਸ ਜਿਹੜੇ ਹਸਪੀਟਲਾਂ ਦੇ ਵਿੱਚ ਆ ਰਹੇ। ਅਸੀਂ ਕੋਸ਼ਿਸ਼ ਕੀਤੀ ਹੈ ਡਾਕਟਰਸ ਦੇ ਨਾਲ ਗੱਲ ਕਰਨ ਦੀ ਕਿ ਕਿਸ ਤਰ੍ਹਾਂ ਜਿਹੜੇ ਮੌਸਮ ਦੇ ਬਦਲਣ ਨਾਲ ਕਾਫੀ ਪ੍ਰੋਬਲਮਸ ਹੁੰਦੀ ਹੈ, ਚਾਹੇ ਉਹ ਬਜ਼ੁਰਗ ਹੋਣ ਜਾਂ ਕੋਈ ਬੱਚੇ ਹੋਣ, ਕਿਸ ਤਰ੍ਹਾਂ ਦੀ ਐਲਰਜੀਕ ਪ੍ਰੋਬਲਮ ਜਿਹੜੇ ਲੋਕਾਂ ਨੂੰ ਆਉਂਦੀ ਔਰ ਕਾਫੀ ਜਿਹੜਾ ਰਸ਼ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ, ਜਿਹੜੇ ਇੱਥੇ ਦੇ ਪੇਸ਼ੈਂਟਸ ਨੇ ਕਿਸ ਤਰ੍ਹਾਂ ਦੀ ਆ ਰਹੀ ਹੈ, ਕਿਉਂਕਿ ਗਰਮੀ ਹੁਣ ਵੱਧ ਰਹੀ ਹੈ, ਗਰਮੀ ਵਧਣ ਕਾਰਨ ਕਿਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਆਉਂਦੀ ਹੈ, ਸਕਿਨ ਪ੍ਰੋਬਲਮਸ ਆਉਂਦੀ ਹੈ, ਡੀਹਾਈਡਰੇਸ਼ਨ ਹੁੰਦੀ ਹੈ, ਇਹ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਡਾਕਟਰਸ ਵੱਲੋਂ ਹਦਾਇਤਾਂ ਦਿੱਤੀ ਜਾਂਦੀ ਹੈ ਅਤੇ ਡਾਕਟਰਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਮੌਸਮ ਚੇਂਜ ਹੋ ਰਿਹਾ, ਤੁਸੀਂ ਲਗਾਤਾਰ ਜਿਹੜੇ ਪੇਸ਼ੈਂਟਸ ਨੂੰ ਦੇਖਦੇ ਹੋ, ਰਸ਼ ਵੀ ਕਾਫੀ ਹੋ ਰਿਹਾ, ਕਿਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀ ਹੈ ਅਤੇ ਪ੍ਰੀਕੋਸ਼ਨ? ਦੇਖੋ, ਜਦੋਂ ਵੀ ਸੀਜ਼ਨਲ ਚੇਂਜ ਹੁੰਦਾ ਹਮੇਸ਼ਾ ਹੀ ਇਹ ਹੁੰਦਾ, ਪ੍ਰੋਫਾਈਲੈਕਟਿਕਲੀ ਆਪਾਂ ਪੇਸ਼ੈਂਟਸ ਨੂੰ ਵੀ ਅਤੇ ਤੁਹਾਡੇ ਚੈਨਲ ਥਰੂ ਦੱਸਦੇ ਹਾਂ ਲੋਕਾਂ ਨੂੰ ਵੀ, ਜਦੋਂ ਵੀ ਕੋਈ ਸੀਜ਼ਨ ਚੇਂਜ ਹੁੰਦਾ ਉਦੋਂ ਜਿਹੜੇ ਅਸਥਮੈਟਿਕ ਪੇਸ਼ੈਂਟ ਹੁੰਦੇ ਨੇ, ਸਾਹ ਦੀ ਬਿਮਾਰੀਆਂ, ਉਹਨਾਂ 'ਚ ਵਾਧਾ ਹੋ ਜਾਂਦਾ, ਕਿਉਂਕਿ ਜਦੋਂ ਵੀ ਕੋਈ ਆਪਾਂ ਸੀਜ਼ਨ ਚੇਂਜ ਹੁੰਦਾ, ਜੇ ਕੋਈ ਅੱਜ ਕੱਲ੍ਹ ਜੇ ਵਾਢੀ ਦਾ ਸੀਜ਼ਨ ਆ ਗਿਆ, ਕਣਕ ਕੱਟ ਰਹੇ ਨੇ, ਪੋਲਨ ਗੇਨਸ ਹੋਣਗੇ, ਜਦੋਂ ਆਪਾਂ ਉਹਨਾਂ ਨੂੰ ਇਨਹੇਲ ਕਰਦੇ ਹਾਂ, ਜੇ ਆਲਰੇਡੀ ਦਮੇ ਦੇ ਪੇਸ਼ੈਂਟਸ ਹੁੰਦੇ ਨੇ, ਟੀਬੀ ਦੇ ਪੇਸ਼ੈਂਟਸ ਹੁੰਦੇ ਨੇ, ਉਹਨਾਂ ਨੂੰ ਇਹ ਇਨਹੇਲ ਕਰਨ ਨਾਲ ਸਾਹ ਦੀ ਤਕਲੀਫ ਵੱਧ ਜਾਂਦੀ ਹੈ। ਠੀਕ ਹੈ, ਤਾਂ ਇਸ ਕਰਕੇ ਮੈਡਮ, ਜਿੱਦਾਂ ਸਰ ਨੇ ਵੀ ਦੱਸਿਆ ਕਿ ਡੀਹਾਈਡਰੇਸ਼ਨ ਦੀ ਹੈ, ਸਕਿਨ ਪ੍ਰੋਬਲਮਸ ਹੈ, ਕਿਸ ਤਰ੍ਹਾਂ ਦੀ ਜਿਹੜੀ ਹੈਗੀ ਸਾਵਧਾਨੀ? ਇੱਕ ਤਾਂ ORS ਦਾ ਪਾਊਡਰ ਆਪਣੇ ਨਾਲ ਜ਼ਰੂਰ ਰੱਖਣ, ਪਾਣੀ ਵੱਧ ਤੋਂ ਵੱਧ ਪੀਣ, ਬਾਹਰ ਦਾ ਤਲਿਆ ਹੋਇਆ ਖਾਣਾ ਅਵੋਇਡ ਕਰਨ, ਕਿਉਂਕਿ ਉਹਦੇ ਨਾਲ ਟੱਟੀਆਂ ਉਲਟੀਆਂ ਦੇ ਚਾਂਸਿਸ ਵੱਧ ਜਾਂਦੇ ਨੇ, ਕਿਊਟ ਗੈਸਟ੍ਰੋਇੰਟਰਾਈਟਿਸ ਆਪਾਂ ਬੋਲਦੇ ਹਾਂ, ਉਹਦੇ ਚਾਂਸਿਸ ਵੱਧ ਜਾਂਦੇ ਨੇ। ਉਸ ਤੋਂ ਬਿਨਾਂ ਅਸਥਮਾ ਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਡਸਟ ਤੋਂ ਦੂਰ ਰਹਿਣਾ, ਬਾਕੀ ਜਿਹੜੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਸਫ਼ਰ ਧੁੱਪ ਦੇ ਵਿੱਚ ਨਾ ਕਰਨ। ਠੀਕ ਹੈ, ਬਜ਼ੁਰਗਾਂ ਦੀ ਗੱਲ ਕੀਤੀ ਹੈ, ਕਿਉਂਕਿ ਇਹਦੇ ਵਿੱਚ ਕਾਫੀ ਸਾਵਧਾਨੀ ਜਿਹੜੀ ਹੈਗੀ, ਬਜ਼ੁਰਗ ਜਿਹੜੇ ਉਹ ਬਾਹਰ ਨਾ ਜਾਣ, ਜਿੱਦਾਂ ਤੁਸੀਂ ਵੀ ਲਗਾਤਾਰ ਕਹਿੰਦੇ। ਦੇਖੋ, ਹੁਣ ਜਿਵੇਂ ਕੁਛ ਦਿਨ ਪਹਿਲੇ ਵੀ ਸ਼ਾਇਦ ਤੁਹਾਡੇ ਚੈਨਲ ਦੇ ਥਰੂ ਵੀ ਆ, ਨਿਊਜ਼ ਪੇਪਰ 'ਚ ਵੀ ਆਈ ਸੀ, ਐਡਵਾਈਜ਼ਰੀ ਆਈ ਸੀਗੀ, ਹੁਣ ਜੋ ਗਰਮੀ ਦਾ ਸੀਜ਼ਨ ਥੋੜ੍ਹਾ ਵਧੇਗਾ, ਆਪਾਂ ਕਹਿੰਦੇ 12 ਤੋਂ 3-4 ਵਜੇ ਦੇ ਟਾਈਮ ਆਪਾਂ ਸੀਨੀਅਰ ਸਿਟੀਜ਼ਨ ਹੋ ਗਏ, ਜਿਹੜੇ ਕੋਈ ਡਿਜ਼ੀਜ਼ ਪ੍ਰੋਨ ਹੋ ਗਏ, ਕੋਈ ਮੈਂਟਲੀ ਰਿਟਾਰਡਿਡ ਹੋ ਗਏ, ਉਹਨਾਂ ਨੂੰ ਅਵੋਇਡ ਕੀਤਾ ਸੀ, ਕਿਹਾ ਗਿਆ ਸੀਗਾ ਗੌਰਮੈਂਟ ਤਰਫੋਂ ਵੀ ਉਹ ਬਾਹਰ ਨਾ ਸਫ਼ਰ ਕਰਨ, ਕਿਉਂਕਿ ਉਹ ਐਡਵਾਈਜ਼ਰੀ ਸੀਗੀ, ਕਿਉਂਕਿ ਉਹ ਇੱਕ ਪੀਕ ਟਾਈਮ ਹੁੰਦਾ ਜਦੋਂ ਆਪਾਂ ਧੁੱਪ 'ਚ ਜਾ ਰਹੇ ਹਾਂ, ਤਾਂ ਆਪਾਂ ਪਾਣੀ ਵਗੈਰਾ ਨਹੀਂ ਪੀਵਾਂਗੇ, ਅਤੇ ਆਪਾਂ ਨੂੰ ਉੱਥੇ ਜਿਹੜਾ ਹੀਟ ਸਿਨਕਪੇ ਦੇ ਅਟੈਕ ਹੋ ਸਕਦੇ, ਆਪਾਂ ਗਿਰ ਸਕਦੇ ਹਾਂ, ਬੇਹੋਸ਼ ਹੋ ਸਕਦੇ ਹਾਂ। ਇਹ ਵੀ ਜ਼ਰੂਰੀ ਹੈ ਛੋਟੇ ਬੱਚਿਆਂ ਵਾਸਤੇ? ਕਿਸ ਤਰ੍ਹਾਂ ਸੇਮ ਹੈ? ਦੇਖੋ ਜੀ, ਛੋਟੇ ਬੱਚੇ ਵੀ ਆਪਾਂ ਦੇਖੋ ਜੀ, ਡਾਕਟਰ ਸਾਹਿਬ ਨੇ ਦੱਸਿਆ ਵੀ ਬਾਹਰ ਦਾ ਖਾਣਾ ਨਾ ਖਾਣ, ਹੁਣ ਆਪਾਂ ਕੀ ਹੈ ਗਰਮੀਆਂ ਦਾ, ਆਪਾਂ ਬਾਹਰੋਂ ਦੀ ਕਿਸੇ ਕੋਲੋਂ ਕੋਈ ਸ਼ੇਕ ਪੀ ਲਾਂਗੇ, ਕੋਈ ਜੂਸ ਪੀ ਲਾਂਗੇ, ਜਾਂ ਜੂਸ ਫਰੈਸ਼ ਵੈਜੀਟੇਬਲਸ ਦਾ, ਫਰੈਸ਼ ਫਰੂਟਸ ਦਾ ਕੱਢ ਲਿਆ ਉਹ ਤਾਂ ਠੀਕ ਹੈ, ਲੇਕਿਨ ਤੁਸੀਂ ਕੋਈ ਸਟੋਰ ਜੂਸ ਪੀ ਲਓਗੇ, ਉਹਦੇ ਨਾਲ ਜਿਹੜੇ ਫੂਡ ਪੋਇਜ਼ਨਿੰਗ ਦੇ ਚਾਂਸਿਸ ਹੋ ਜਾਣਗੇ, ਫਿਰ ਡਾਇਰੀਆ ਹੋ ਜਾਏਗਾ, ਡਾਇਰੀਆ ਹੋ ਜਾਏਗਾ ਤਾਂ ਜਦੋਂ ਆਪਣਾ ਵੋਲਿਊਮ ਲੋਸ ਹੈ, ਫਲੂਡ ਲੋਸ ਇੰਨਾ ਹੋ ਜਾਏਗਾ, ਜੇ ਆਪਾਂ ਉਹਨਾਂ ਪਾਣੀ ਨਹੀਂ ਪੀਵਾਂਗੇ, ਫਿਰ ਡੀਹਾਈਡਰੇਸ਼ਨ ਹੋ ਜਾਏਗੀ, ਡੀਹਾਈਡਰੇਸ਼ਨ ਨਾਲ ਆਪਾਂ ਨੂੰ ਫਰਦਰ ਕਈ ਔਰਗਨਸ ਨੂੰ ਵੀ ਡੈਮੇਜ ਹੋ ਸਕਦਾ ਆਪਾਂ ਨੂੰ। ਇਹ ਵੀ ਬਹੁਤ ਜ਼ਰੂਰੀ ਹੈ ਮੈਮ, ਜਿੱਦਾਂ ਸਰ ਨੇ ਕਿਹਾ ਕਿ ਬਾਹਰ ਦੇ ਜਿਹੜਾ ਫਾਸਟ ਫੂਡ ਹੋ ਗਿਆ, ਕਿਉਂਕਿ ਗਰਮੀ ਦਾ ਮੌਸਮ ਹੈ, ਇਹ ਵੀ ਬਹੁਤ ਜ਼ਰੂਰੀ ਹੈ ਕਿ ਦੇਖਣਾ। ਬਿਲਕੁਲ, ਬਾਹਰ ਦਾ ਬਿਲਕੁਲ ਨਾ ਖਾਣ, ਘਰੇ ਫਲ ਖਾਣ, ਸਬਜ਼ੀਆਂ ਖਾਣ, ਕੱਚੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ, ਅਤੇ ਪਾਣੀ ਦਾ ਇਨਟੇਕ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਵੱਧ ਹੋਣਾ ਚਾਹੀਦਾ ਗਰਮੀ ਦੇ ਕਰਕੇ। ਅਤੇ ਡਾਕਟਰ ਸਾਹਿਬ, ਹੋਰ ਕਿਸ ਤਰ੍ਹਾਂ ਸਾਵਧਾਨੀਆਂ ਜਿਹੜੀਆਂ ਵਰਤੀ, ਜਿੱਦਾਂ ਤੁਸੀਂ ਦੱਸਤੀ 3-4 ਚੀਜ਼ਾਂ ਬਹੁਤ ਇੰਪੋਰਟੈਂਟ ਹੈ, ਹੋਰ ਗਰਮੀ ਕਿਉਂਕਿ ਹੁਣ ਵੱਧ ਰਹੀ ਹੈ ਲਗਾਤਾਰ, ਐਲਰਜੀ ਪ੍ਰੋਬਲਮ ਵੀ ਵੱਧ ਰਹੀ ਹੈ, ਕਿਸ ਤਰ੍ਹਾਂ ਪ੍ਰੀਕੋਸ਼ਨ? ਦੇਖੋ, ਬੇਸਿਕਲੀ ਨਟਸ਼ੈਲ 'ਚ ਹੈ ਵੀ ਜਦੋਂ ਵੀ ਸੀਜ਼ਨ ਚੇਂਜ ਹੋ ਰਿਹਾ, ਗਰਮੀ ਵੱਧ ਰਹੀ ਹੈ, ਸਭ ਤੋਂ ਬੈਸਟ ਹੈ ਆਪਾਂ ਆਪਦਾ ਫਲੂਡ ਇਨਟੇਕ ਮੈਕਸੀਮਮ ਪਾਣੀ ਪੀਂਦੇ ਰਹੀਏ, ORS ਕੋਈ ਵੀ ਫਲੂਡ, ਨਿੰਬੂ ਪਾਣੀ ਹੋ ਗਿਆ ਪੀਏ, ਜੇ ਕਿਸੇ ਨੂੰ ਸ਼ੂਗਰ ਹੈ ਤਾਂ ਪਾਣੀ ਜੂ ਜ਼ਿਆਦਾ ਪੀਏ, ਮਿੱਠਾ ਨਾ ਖਾਏ, ਬਾਹਰ ਦਾ ਅਵੋਇਡ ਕਰੀਏ ਤਾਂ ਕਿ ਆਪਾਂ ਨੂੰ ਡੀਹਾਈਡਰੇਸ਼ਨ ਜਾਂ ਡਾਇਰੀਆ ਦੇ ਐਪੀਸੋਡਸ ਨਾ ਆਉਣ। ਜਿਨ੍ਹਾਂ ਨੂੰ ਪਤਾ ਵੀ ਮੈਨੂੰ ਸੀਜ਼ਨ 'ਚ ਇੰਨਾ ਸਾਹ ਦੀ ਤਕਲੀਫ ਹੋ ਜਾਂਦੀ ਹੈ, ਉਹ ਜਿੱਥੇ ਵੀ ਜਦੋਂ ਕਣਕ ਵਗੈਰਾ ਇਹ ਜ਼ਿਆਦਾ
ਡਸਟ ਫੈਲ ਰਿਹਾ ਉਸ ਏਰੀਆ 'ਚ ਸਫ਼ਰ ਨਾ ਕਰਨ। ਜਿਹੜੇ ਏਜ ਨੇ, ਟੀਬੀ ਦੇ ਪੇਸ਼ੈਂਟ ਨੇ, ਦਮੇ ਦੇ ਪੇਸ਼ੈਂਟ ਨੇ, ਕੋਈ ਕਰੋਨਿਕ ਡਿਜ਼ੀਜ਼ ਦੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਇਨਫੈਕਸ਼ਨ ਦੇ ਚਾਂਸਿਸ ਨੇ, ਉਹ ਇਹਨਾਂ ਦਿਨਾਂ 'ਚ ਸਫ਼ਰ ਨਾ ਕਰਨ। ਕਈ ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਆ ਰਹੇ ਆ ਤੁਹਾਡੇ ਕੋਲ, ਤੁਸੀਂ ਕਾਫੀ ਦੱਸ ਰਹੇ ਡਾਇਰੀਆ ਦੇ ਪੇਸ਼ੈਂਟਸ ਆਏ ਨੇ, ਕੋਈ ਇੰਨੇ ਨਹੀਂ ਹੈ ਵੀ ਬਹੁਤ ਹੀ ਜ਼ਿਆਦਾ ਡਾਇਰੀਆ ਹੋ ਗਿਆ, ਉਹ ਵੀ ਨੇ ਦੋ ਤਿੰਨ ਜਿਨ੍ਹਾਂ ਨੂੰ ਆਊਟਸਾਈਡ ਫੂਡ ਕੰਜ਼ਮਪਸ਼ਨ ਦੀ ਹਿਸਟਰੀ ਹੈ ਉਹ ਆਏ ਨੇ। ਇੰਨੇ ਜ਼ਿਆਦਾ ਕੋਈ ਇਹ ਨਹੀਂ ਵੀ ਮਾਸ ਲੈਵਲ 'ਤੇ ਡਾਇਰੀਆ ਦੇ ਪੇਸ਼ੈਂਟਸ ਆਏ ਨੇ। ਹਾਂਜੀ, ਬਿਲਕੁਲ, ਜਿੱਦਾਂ ਡਾਕਟਰਸ ਨੇ ਦੱਸਿਆ ਕਿ ਕਾਫੀ ਚੀਜ਼ਾਂ ਨੂੰ ਲੈ ਕੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਸੀਜ਼ਨ ਚੇਂਜ ਹੋ ਰਿਹਾ, ਮੌਸਮ ਬਦਲ ਰਿਹਾ, ਐਲਰਜੀ ਪ੍ਰੋਬਲਮ ਕਾਫੀ ਜ਼ਿਆਦਾ ਹੋ ਰਹੀ ਹੈ ਬਜ਼ੁਰਗਾਂ ਦੇ ਵਿੱਚ, ਡਾਇਰੀਆ ਦੀ ਜੇ ਆਪਾਂ ਗੱਲ ਕਰ ਲਈਏ ਜਾਂ ਫਿਰ ਸਕਿਨ ਪ੍ਰੋਬਲਮਸ ਕਹਿ ਲਈਏ ਜਾਂ ਫਿਰ ਪਾਣੀ ਦੀ ਕਮੀ ਜਿਹੜੀ ਹੈ ਉਹ ਹੈ। ਇਸ ਕਰਕੇ ਬੜਾ ਹੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਮੌਸਮ ਚੇਂਜ ਹੋ ਰਿਹਾ ਉਹਦੇ ਵਿੱਚ ਆਪਣੀ ਵੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।